ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦਿਖਾਈ ਦੀਆਂ। ਕੁਲਜਿੰਦਰ ਭਾਈ ਦੇ ਕੋਲ ਅੱਜ ਆਪਾਂ ਪਹੁੰਚੇ ਆ ਤੇ ਤਿੰਨ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛ ਰਹੇ ਇਹਨਾਂ ਬਾਰੇ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਠੀਕ ਠਾਕ ਜੀ? ਵਧੀਆ ਵੀਰ ਜੀ, ਠੀਕ ਠਾਕ ਵਧੀਆ। ਪਹਿਲਾ ਮਾਲ ਵਿਕ ਗਿਆ ਜੀ ਆਪਣਾ ਸਾਰਾ? ਹਾਂਜੀ ਵੀਰ ਜੀ, ਉਧਰ ਵਿਕ ਗਿਆ ਹੈ ਅਗਲੇ ਦਿਨ। ਠੀਕ ਹੈ, ਅੱਜ ਫਿਰ ਤਿੰਨ ਵਕਾਊ ਕੀਤੀਆਂ ਨਾ? ਹਾਂਜੀ, ਤਿੰਨੇ ਸੂਈਆਂ ਨੇ। ਤਿੰਨੇ ਸੂਈਆਂ? ਹਾਂਜੀ। ਤੇ ਤਿੰਨਾਂ ਦੇ ਮਗਰ ਹੀ ਵੱਛੀਆਂ ਦੱਸਣ ਦੇ ਸੀ ਤੁਸੀਂ? ਹਾਂਜੀ, ਵੱਛੀਆਂ ਤਿੰਨਾਂ ਮਗਰ ਹੀ ਵੱਛੀਆਂ। ਅੱਛਾ ਜੀ, ਤਿੰਨਾਂ ਦੇ ਮਗਰ ਹੀ ਵੱਛੀਆਂ। ਹਾਂਜੀ ਠੀਕ ਹੈ। ਤੇ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਜੀ। ਨਾਮ ਵੀਰ ਜੀ ਮੇਰਾ ਕੁਲਜਿੰਦਰ ਆ। ਹਾਂਜੀ। ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਆਹ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਆ ਸਾਹੀਵਾਲ ਗਾਂ ਜਿਹੜੀ ਬੰਨੀ ਆ ਇੱਥੋਂ ਜਿਹੜੀ ਸ਼ੁਰੂਆਤ ਕਰਾਂਗੇ। ਕਿੰਨਵਾਂ ਸੂਆ ਸੂਈ ਵੀਰ ਜੀ? ਇਹ ਵੀਰ ਜੀ ਦੂਜਾ ਸੂਆ ਸੂਈ ਆ। ਦੂਸਰਾ ਸੂਈ ਆ? ਹਾਂਜੀ, ਦੂਜਾ ਤੇ ਜਾਊਗੀ, ਦੂਜਾ ਇੱਥੇ ਹੀ ਆ ਗਈ। ਅੱਛਾ ਜੀ, ਦੂਸਰਾ ਜਾਂ ਤੀਸਰਾ? ਹਾਂਜੀ ਠੀਕ ਆ। ਤੇ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਇਹਨੂੰ ਸੂਈ ਨੂੰ ਹੋਈ ਗਈ ਵੀਰ ਜੀ 12-13 ਦਿਨ। ਤੇ ਮਗਰ ਵੱਛੀ ਕਿਹੜੀ ਵੱਛੀ ਆ ਗਈ ਜੀ ਇਹਦੀ? ਕਿਹੜੀ? ਉਹ ਵਾਲੀ? ਆ ਜਿਹੜੀ ਆਇਰ ਸ਼ਹਿਰ ਦੀ ਦੋਸਤੋ, ਇਹਦੇ ਮਗਰ ਵੱਛੀ ਆ ਗਈ ਜੀ। ਦੇਖ ਸਕਦੇ ਜੀ ਬੜਾ ਸੋਹਣਾ ਜਿਹੜਾ ਇਹਦਾ ਰੰਗ ਆ। ਤੇ ਦੁੱਧ ਕਿੰਨਾ ਕੁ ਤਿਆਰ ਜੀ ਵੀਰ ਜੀ ਇਹਦੇ ਕੋਲ? ਦੁੱਧ ਵੀਰ ਜੀ ਇਹਦੇ ਲਈ 11-12 ਕਿਲੋ ਇੱਥੇ ਘੱਟ ਗਿਆ। ਤੇ ਕਿੰਨਾ ਕੁ ਕਰ ਜੂਗੀ ਦੁੱਧ? ਦੁੱਧ ਵੀਰ ਜੀ ਇਹ ਵੰਡ ਵੁੰਡ ਖਾਣ ਨਾਲ ਦੁੱਧ 14-13 ਕਿਲੋ ਵਧੀਆ ਕੱਢਣਾ ਇਹਨੇ। ਅੱਛਾ, 13-14 ਲੀਟਰ ਕਰੂਗੀ? ਕਰ ਜੂਗੀ। ਠੀਕ ਆ, ਲੈ ਤੋਰ ਕੇ ਵਿਖਾਈਏ ਫਿਰ ਇਹਨਾਂ ਕਰੇ। ਤੇ ਵੀਰ ਜੀ ਸਵੇਰ ਦਾ ਚਵਾਈ ਦਾ ਟਾਈਮ ਕਿੰਨੇ ਕੁ ਵਜੇ ਦਾ? 6 ਵਜੇ ਦੋਸਤੋ ਜਿਹੜੀ ਚਵਾਈ ਹੋਈ ਆ ਤੇ ਹੁਣ 11 ਵਜੇ ਆ ਜਿਹੜੀ ਵੀਡੀਓ ਬਣ ਰਹੀ ਆ। ਹਾਂਜੀ ਠੀਕ ਹੈ ਵੀਰ ਜੀ, ਲੈ ਜਿਓ ਜੀ। ਤੇ ਉਸ ਹਿਸਾਬ ਨਾਲ ਜਿਹੜੇ ਤੁਸੀਂ ਹਵਾਨੇ ਦੇ ਅੰਦਾਜ਼ਾ ਲਗਾਇਆ ਗਾਣ ਵੀ ਹਵਾਨਾ ਸੋਹਣਾ ਹੈ ਤੇ ਪਛਾਣ ਵੀ ਹਵਾਨਾ ਸੋਹਣਾ। ਤੇ ਉਂਝ ਵੀਰ ਜੀ ਚੋਣ ਚੋਣ ਚ ਕਿਤਨਾ ਠੰਡੀ ਸੀਲ? ਹਾਂਜੀ ਵੀਰ ਜੀ ਠੰਡੀ ਆ, ਕੋਈ ਵੰਗੇ ਦੀ ਲੋੜ ਨਹੀਂ ਇਹਨੂੰ। ਅੱਛਾ ਜੀ, ਤੇ ਬਾਕੀ ਆਪਾਂ ਵਛੀ ਲਾ ਕੇ ਹੁਣੇ ਧਾਰਾਂ ਮਾਰ ਕੇ ਵਿਖਾ ਦਿੰਦੇ। ਚਲੋ ਠੀਕ ਹੈ। ਹਾਂਜੀ ਹਾਂਜੀ ਠੀਕ। ਹਾਂ ਦੋਸਤੋ ਦੇਖ ਸਕਦੇ ਜੀ ਇਹ ਵੀ ਜੀ ਸਵੇਰੇ 6 ਵਜੇ ਦੀ ਚਵਾਈ ਹੋਈ ਹੈ, ਜਿਸ ਤਰ੍ਹਾਂ 11 ਦਾ ਟਾਈਮ। ਹਾਂਜੀ, ਅਜੇ 11 ਵਜੇ ਤੇ ਸਵੇਰੇ 6 ਵਜੇ ਦੀ ਜਿਹੜੀ ਚਵਾਈ ਹੋਈ ਹੈ। ਥਣਾਂ ਦਾ ਸਾਈਜ਼ ਜਿਹੜਾ ਇੱਕ ਵਾਰੀ ਤੁਸੀਂ ਦੇਖ ਸਕਦੇ ਜੀ, ਸੋਹਣਾ ਥਣਾਂ ਦਾ ਸਾਈਜ਼ ਜਿਹੜਾ ਇਹਦੇ ਕੋਲ ਲੱਗਾ। ਬਾਕੀ ਮਿਲਕ ਮੈਨੂੰ ਵੀ ਚੰਗੀ ਹੈ। ਹਾਂਜੀ ਵੀਰ ਜੀ ਮਾਰ ਦਿਓ ਜੀ ਧਾਰਾਂ। ਹਾਂ ਦੇਖ ਸਕਦੇ ਪਿਛਲੇ ਥਣਾਂ ਦੀ ਚਵਾਈ ਤੁਸੀਂ ਦੇਖ ਸਕਦੇ, ਬਹੁਤ ਸੋਹਣੀ ਮੋਟੀ ਮੋਟੀ ਥਾਂ। ਹਾਂਜੀ ਵੀਰ ਜੀ ਅਗਲੇ ਥਣਾਂ 'ਚ ਵੀ ਧਾਰਾਂ ਮਾਰ ਦਿਓ ਜੀ। ਕੋਈ ਭੋਰ ਚਿੱਟਾ ਨਹੀਂ, ਕੋਈ ਕੁਝ ਨਹੀਂ, ਦੇਖ ਸਕਦੇ ਰੱਸੀ ਵੀ ਨਹੀਂ ਪਾਈ ਅਤੇ ਉਸ ਤਰ੍ਹਾਂ ਜਿਹੜੀ ਇਹਦੀ ਚਵਾਈ ਹੁੰਦੀ ਹੈ। ਹਾਂਜੀ ਠੀਕ ਹੈ ਵੀਰ ਜੀ। ਅਤੇ ਕੀ ਮੁੱਲ ਕਰਨਾ ਵੀਰ ਜੀ ਇਹਦਾ ਫਿਰ? ਮੁੱਲ ਵੀਰ ਜੀ ਭਾਵੇਂ 45-40 ਕਰੀ ਜਾਈਏ, 35,000 ਦੀ ਦੇ ਦਾਂਗੇ। ਅੱਛਾ, 35 ਦੀ ਦੇ ਦੋਗੇ? ਹਾਂਜੀ 35,000 ਦੀ। ਉਹ 'ਚ ਵੀ ਮਾਨਤਾ ਨਾ ਕਰ ਦੋਗੇ? ਹਾਂਜੀ ਕਰ ਦਾਂਗੇ, ਛੋਟ ਛਾਟ ਵੀਰ ਜੀ ਕਰ ਦਾਂਗੇ। ਠੀਕ ਹੈ। ਆਹ ਹੁਣ ਦੂਸਰੇ ਨੰਬਰ 'ਤੇ ਜਿਹੜੀ ਇੱਕ ਤੁਹਾਨੂੰ ਵੈਟ ਦਿਖਾਵਾਂਗੇ। ਕਿੰਨਵਾਂ ਸੂਆ ਸੂਈ ਵੀਰ ਜੀ? ਇਹ ਵੀਰ ਜੀ ਦੂਜਾ ਸੂਆ ਵੱਛੀ ਸੂਈ। ਠੀਕ ਹੈ ਜੀ। ਕਿੰਨੇ ਦਿਨ ਹੋ ਗਏ ਜੀ ਸੂਈ ਨੂੰ? ਇਹਨੂੰ ਸੂਈ ਨੂੰ ਵੀਰ ਜੀ ਹੋਈ ਗਏ 15 ਦਿਨ। 15 ਦਿਨ? ਹਾਂਜੀ ਇਹਦੀ ਆਹ ਵੱਛੀ ਮਗਰ, ਆਹ ਵਾਲੀ ਦੋਸਤੋ ਜਿਹੜੀ ਇਹਦੇ ਮਗਰ ਵੱਛੀ ਜੀ। 15 ਦਿਨ ਜਿਹੜੇ ਸੂਈ ਨੂੰ ਹੋ ਗਏ ਜੀ। ਤੇ ਦੁੱਧ ਕਿੰਨਾ ਕੁ ਵੀਰ ਜੀ ਇਹਦੇ ਕੋਲ ਤਿਆਰ ਜੀ? ਵੀਰ ਜੀ ਇਹਦੇ ਥੱਲੇ ਇਹ ਸਵੇਰੇ ਆਈਏ ਦੁੱਧ 10 ਕਿਲੋ ਹੀ ਇਹਦੇ ਥੱਲੇ ਹੈਗਾ। ਅੱਛਾ, 11 ਕਿਲੋ, 10 ਕਿਲੋ ਲਓ। ਠੀਕ ਹੈ। ਦੁੱਧ ਇਹ ਵੀ 12 ਕਿਲੋ ਵਧੀਆ ਕਰੀ ਉਹ ਵੀ ਵੰਡ ਵੁੰਡਣਾ। ਅੱਛਾ ਜੀ, ਵੰਡ ਤੋਂ ਪੱਠਿਆਂ ਪੁੱਠਿਆਂ ਦੇ ਸੀਗੀ। ਠੀਕ ਹੈ ਜੀ। ਹਾਂਜੀ ਦੁੱਧ 12 ਕਿਲੋ ਕਰੀ ਹੋਏ, ਇਸ ਟਾਈਮ ਮੌਕੇ ਦਾ ਦੁੱਧ 11 ਕਿਲੋ ਲਾਓ ਜੀ, 10 ਕਿਲੋ ਪੱਕਾ ਲਾਓ ਗਰੰਟੀ। ਅੱਛਾ ਪੱਕਾ, ਜਿਹੜਾ ਕਿ ਬਿਲਕੁਲ ਤੋਲਵੇਂ ਆ ਦੁੱਧ। ਹਾਂਜੀ ਸਵੇਰੇ ਆਈ ਆ, ਬਾਕੀ ਚਲੋ ਇਹ ਵੀ। ਠੀਕ, ਲਿਆ ਖੋਲੋ ਫਿਰ ਤੋਰੀਏ ਇਹਨਾਂ ਵੀ। ਹਾਂ ਦੇਖ ਸਕਦੇ ਜੀ ਤੋਰ ਕੇ ਹੁਣ ਤੁਹਾਨੂੰ ਦਿਖਾਉਂਦੇ ਹਾਂ। ਹਵਾਨਾ ਥੱਲੇ ਜਿਹੜਾ ਕੰਪੈਕਟ ਜਿਹਾ ਲੱਗਾ ਕਰੀ ਕੱਦ ਕਾਟ ਤੁਸੀਂ ਦੇਖ ਸਕਦੇ ਜੀ ਦੂਰ ਤੋਂ। ਹਾਂਜੀ ਠੀਕ ਹੈ ਵੀਰ ਜੀ, ਲੈ ਜਿਓ ਜੀ। ਹਵਾਨਾ ਇੱਕ ਵਾਰੀ ਥੱਲੇ ਤੋਂ ਦੇਖ ਸਕਦੇ ਜੀ, ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦੇ ਕੋਲ ਲੱਗਾ।
ਇਹਦਾ ਵੀ ਜਿਹੜਾ ਮੁੱਲ ਹੁਣ ਆਪਾਂ ਪੁੱਛਦੇ ਵੀਰ ਜੀ ਉਹਨਾਂ ਤੋਂ। ਬਾਕੀ ਜਿਹੜਾ ਚਵਾਈ ਦਾ ਟਾਈਮ ਹੁਣੇ ਤੁਹਾਨੂੰ ਵੀਰ ਜੀ ਉਹਨਾਂ ਨੇ ਦੱਸਿਆ ਹੀ ਆ ਕਿ 6 ਵਜੇ ਦੇ ਸਵੇਰੇ ਚਵਾਈ ਦਾ ਟਾਈਮ ਹੈ ਅਤੇ ਹਲੇ 11 ਵਜੇ। ਉਸ ਹਿਸਾਬ ਨਾਲ ਜਿਹੜਾ ਹਵਾਨਿਆਂ ਦਾ ਤੁਸੀਂ ਅੰਦਾਜ਼ਾ ਲਗਾਇਆ ਅਤੇ ਸਣਾਂ ਦਾ ਸਾਈਜ਼ ਤੁਸੀਂ ਇੱਧਰੋਂ ਵੀ ਦੇਖ ਸਕਦੇ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਦਾ ਵੀ ਦੱਸ ਦਈਏ ਜੀ। ਹਾਂਜੀ ਵੀਰ ਜੀ, ਇਹ ਵੀ ਬਿਨਾਂ ਮੰਗੇ ਤੋਂ ਠੰਡੀ ਸੀਲ ਆ। ਅੱਛਾ ਜੀ, ਜਿੱਦਾਂ ਮੱਛੀ ਛੱਡ ਕੇ ਥੱਲੇ ਚੋਣੀ। ਠੀਕ ਹੈ ਜੀ, ਅਤੇ ਇਹ ਦੇ ਦਾਂਗੇ 27,000 ਦੀ ਦੇ ਦਾਂਗੇ। 27,000 ਦੀ ਦੇ ਦਿਓ, ਜਿਹਦਾ ਮੁੱਲ ਭਾਵੇਂ 32-33 ਕਰੀਏ 27,000 ਦੀ ਮੱਛੀ ਦੇ ਦਾਂਗੇ। 27 ਦੀ ਦੇ ਦਿਓਗੇ? ਉਹ 'ਚੋਂ ਮਾਨਦਾਨ ਕਰ ਦਾਂਗੇ। ਉਹ 'ਚੋਂ ਮਾਨਦਾਨ ਕਰ ਦਿਓਗੇ? ਠੀਕ ਹੈ। ਆਹ ਹੁਣ ਆਪਾਂ ਤੀਸਰੇ ਨੰਬਰ 'ਤੇ ਇੱਕ ਹੋਰ ਜਿਹੜੀ ਗਾਂ ਤੁਹਾਨੂੰ ਦਿਖਾਵਾਂਗੇ, ਦੇਖ ਸਕਦੇ ਥਾਣਾ ਹਵਾਨਾ ਤੁਸੀਂ ਇਹਦਾ ਵੀ ਦੇਖ ਸਕਦੇ ਜੀ। ਹਵਾਨੇ ਦੇ ਉੱਤੇ ਨਾੜਾ ਵੀ ਆਪਾਂ ਦੇਖ ਸਕਦੇ। ਇਹ ਵੀਰ ਜੀ ਕਿੰਨਵਾਂ ਸੂਆ ਸੂਈ ਹੈ ਜੀ? ਇਹ ਵੀਰ ਜੀ ਤੀਸਰਾ ਸੂਆ ਸੂਈ। ਅਤੇ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਸੂਈ ਨੂੰ? ਇਹਨੂੰ ਇਹ 6-7 ਦਿਨ ਹੀ ਹੋਏ ਜੀ, ਉਹ ਜੀ ਵੱਛੀ ਹੈ ਮਗਰ ਉਹ। ਅੱਛਾ, ਇਹਦੇ ਮਗਰੇ ਵੱਛੀ? ਹਾਂਜੀ, ਇਹਦੇ ਮਗਰ ਉਹ ਵੱਛੀ ਬੈਠੀ ਹੈ, ਗਿਰਲ ਨਸਲ ਦੀ ਵੱਛੀ। ਗਿਰ ਵੱਛੀ ਥਾਇਆ ਵੇ ਕਰੀ ਵੱਛੀ ਨੂੰ? ਵੱਛੀ ਦੋਸਤੋ ਬੜੀ ਅਲੱਗ ਜੀ ਜਿਹੜੀ ਇਹਦੇ ਮਗਰ ਆਈ ਹੈ। ਕੰਨ ਦੇਖੋ, ਹਾਂ ਦੇਖ ਸਕਦੇ ਕੰਨ, ਧੁੰਨ ਵੀ ਥੱਲੇ ਆਪਾਂ ਇਹਦੇ ਦੇਖ ਸਕਦੇ ਹਾਂ। ਗਿਰ ਦੀ ਜਿਹੜੀ ਵੱਛੀ, ਹਾਂ ਦੇਖ ਸਕਦੇ ਜੀ, ਸੋਹਣੀ ਵੱਛੀ ਹੈ ਜਿਹੜੀ। ਤੇ ਦੁੱਧ ਕਿੰਨਾ ਕੁ ਵੀਰ ਜੀ ਇਹਦੇ ਕੋਲ ਹੁਣ ਤਿਆਰ? ਦੁੱਧ ਵੀਰ ਜੀ 10 ਕਿਲੋ ਲਾਓ ਪੱਕਾ। 10 ਕਿਲੋ? 10-11 ਦੇ ਵਿੱਚ ਹੈਗਾ ਵਾ। ਅੱਛਾ ਜੀ, ਇਹਦੇ ਥੱਲੇ ਵੀ ਤੇ 12 ਕਿਲੋ ਕਰ ਜੂਗਾ ਜੀ। 12 ਕਿਲੀਟਰ ਕਰ ਜੂਗੀ? ਹਾਂਜੀ, 12 ਕਿਲੋ ਕਰ ਜੂਗੀ। ਠੀਕ ਹੈ, ਬਾਕੀ ਗਵੈੜ ਵੇਖੋ ਕਿਹੜੀ ਆ ਤੇ ਵੱਛੀ ਕਿਹੜੀ ਲੈ ਗਈ। 6 ਦਿਨ ਹੋਏ ਸੂਈ ਨੂੰ, ਗਿਰਧ ਨਸਲ ਦੀ ਵੱਛੀ। ਹਾਂਜੀ ਹਾਂਜੀ, ਵੱਛੀ ਤੇ ਬੜੀ ਪਿਆਰੀ ਆਈ ਮਗਰ। ਕਹਿ ਦਿੰਦੇ ਰੰਗ ਹੋਰ ਗਾਂ ਹੋ ਰਿਹਾ। ਅੱਛਾ ਜੀ, ਰੰਗ ਹੋ ਰਿਹਾ। ਇਹ ਤਾਂ ਡਾਕਟਰਾਂ ਦੇ ਟੀਕੇ ਲਾਉਣ ਦੇ ਪਾਬੰਦ ਹੋ ਜਾਂਦਾ ਨਾ। ਹਾਂਜੀ ਹਾਂਜੀ, ਟੀਕਾ ਲੱਗਦਾ ਬੱਚਾ ਉਹੋ ਜਿਹਾ ਹੀ ਹੋਣਾ। ਹਾਂਜੀ ਹਾਂਜੀ, ਹਾਂਜੀ, ਬਹੁਤ ਵਧੀਆ ਵਾ। ਚਲੋ, ਚਵਾਰ ਸੋਹਣੀ ਹੈ, ਮੰਗੇ ਤੋਂ ਬਿਨਾਂ ਵਾ ਇਹ। ਠੀਕ ਹੈ, ਕੋਈ ਭੂਰ ਛੱਡਾ ਨਹੀਂ ਹੈਗਾ ਇਹਦਾ ਵੀ। ਤੇ ਤੋੜ ਕੇ ਵਿਖਾਈਏ ਫਿਰ ਇਹਨੂੰ? ਹਾਂਜੀ ਜ਼ਰੂਰ, ਲਿਆ ਖੋਲੋ ਜੀ ਫਿਰ। ਜਦ ਵੱਛੀ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਈਏ ਦੋਸਤੋ, ਬੜੀ ਸੋਹਣੀ ਵੱਛੀ ਜਿਹੜੀ ਇਹਦੇ ਮਗਰ ਆਈ ਹੈ। ਦੇਖ ਸਕਦੇ ਜੀ, ਹਾਂਜੀ ਠੀਕ ਹੈ ਵੀਰ ਜੀ, ਲੈ ਜਾਓ ਜੀ। ਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਜੀ। ਸ਼ਾਮ ਤੱਕ ਹਵਾਨਾ ਜਿਹੜਾ ਸੋਹਣਾ ਭਰੂਗੀ। ਇੱਕ ਵਾਰੀ ਲੱਗ ਗਏ ਤਾਂ ਤੁਹਾਨੂੰ ਦਿਖਾ ਦਈਏ ਫਿਰ ਤਾਂ। ਹਾਂਜੀ ਵੀਰ ਜੀ, ਫਿਰ ਕੀ ਮੁੱਲ ਕਰਨਾ ਜੀ ਇਹਦਾ? ਹਾਂਜੀ, ਤੇ ਹੋਰ ਕੁਛ ਕਹਿਣਾ ਵੀਰ ਜੀ? ਫਿਰ ਬਸ ਵੀਰ ਜੀ, ਬਾਕੀ ਕੋਈ ਵੀਰ ਆਵੇ 2 ਟਾਈਮ ਚਵਾਈ ਕਰੇ, 3 ਟਾਈਮ ਕਰੇ, ਆਪਣੀ ਤਸੱਲੀ ਕਰੇ, ਹਨਾ। ਠੀਕ ਹੈ ਜੀ, ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਅਤੇ ਇਹਨਾਂ ਪੁੱਛੋ ਜਿਹੜੇ ਵੀਰ ਜੀ ਉਹਨਾਂ ਨੇ ਮਕਾਊ ਕੀਤੇ, ਅਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਲਿਜਾ ਸਕਦਾ ਜੀ।